ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹਦੇ ਉੱਪਰ ਜਲਦੀ ਤੋਂ ਜਲਦੀ ਗੁਰਦਾਸ ਮਾਨ ਸਿੱਧੂ ਮੂਸੇਵਾਲ ਤੇ ਕਾਰਵਾਈ ਕੀਤੀ ਜਾਵੇ। ਜੇ ਕਾਰਵਾਈ ਨਹੀਂ ਕਰਦੀ ਪੰਜਾਬ ਗੌਰਮੈਂਟ ਜਾਂ ਹੋਰ ਕੋਈ ਗੌਰਮੈਂਟ ਤਾਂ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜਿੰਨੇ ਪੰਜਾਬ ਦੇ ਸਮੂਹ ਅਹੁਦੇਦਾਰ ਨੇ ਉਹ ਸੜਕਾਂ ਤੇ ਉਤਰਨਗੇ ਤੇ ਸੜਕਾਂ ਤੇ ਧਰਨੇ ਲਾ ਕੇ ਸੜਕਾਂ ਜਾਮ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖਦੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਸ਼ਮਸ਼ੇਰ ਸਿੰਘ ਸਵਾਗਤ ਕਰਦਾ ਹਾਂ। ਜਿਵੇਂ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਪੰਜਾਬੀ ਮਾਂ ਬੋਲੀ ਦਾ ਵੱਡਾ ਨਿਰਾਦਰ ਜੋ ਗੁਰਦਾਸ ਮਾਨ ਜਿਹੜਾ ਸਾਰੀ ਉਮਰ ਕੇ ਪੰਜਾਬੀ ਤੋਂ ਹੀ ਖਾਂਦਾ ਰਿਹਾ, ਪੰਜਾਬੀਅਤ ਕਰਕੇ ਉਹਦੀ ਪੂਰੇ ਵਰਲਡ ਦੇ ਵਿੱਚ ਪਛਾਣ ਬਣੀ ਹੈਗੀ ਆ। ਉਹਨੇ ਇਸ ਉਮਰੇ ਆ ਕੇ ਜੋ ਹਿੰਦੀ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈਗਾ, ਉਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਵਸਦੇ ਸੰਗਤਾਂ ਨੇ ਭਾਰੀ ਰੋਸ ਪਾਇਆ। ਤੁਹਾਨੂੰ ਪਤਾ ਕੱਲ੍ਹ ਉਹਦੇ ਜੋ ਪ੍ਰੋਗਰਾਮ ਉੱਥੇ ਹੋਏ ਸੀਗੇ ਉਹਦੇ ਬਾਬਤ ਵੀ ਉੱਥੇ ਬਹੁਤ ਜ਼ਿਆਦਾ ਵੱਡੇ ਇਕੱਠ ਕਰਕੇ ਪ੍ਰੋਟੈਸਟ ਕੀਤਾ ਗਿਆ। ਅਤੇ ਉਸ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਹੈਗਾ ਨੌਜਵਾਨ ਗਾਇਕ ਪੰਜਾਬੀ ਸਿੱਧੂ ਮੂਸੇਵਾਲਾ, ਜਿਹਨੇ ਮਾਈ ਭਾਗੋ ਦੀ ਤੁਲਨਾ ਇੱਕ ਲੱਚਰ ਕੁੜੀ ਦੀ ਤਸਵੀਰ ਦਿਖਾ ਕੇ ਉਹਦੇ ਨਾਲ ਕੀਤੀ ਗਈ, ਉਹਦੇ ਬਾਬਤ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ। ਉਹਦੇ ਸੰਬੰਧ ਵਿੱਚ ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਰਦਾਰ ਜਗਜੀਤ ਸਿੰਘ ਖਾਲਸਾ ਅਤੇ ਹੋਰ ਉਹਨਾਂ ਦੇ ਨਾਲ ਆਗੂਆਂ ਨੇ ਅੱਜ SDM ਰਾਜਪੁਰਾ ਨੂੰ ਮੰਗ ਪੱਤਰ ਦਿੱਤਾ। ਆਓ ਜਾਣਦੇ ਹਾਂ ਕਿ ਉਹਨਾਂ ਨੇ SDM ਨੂੰ ਕੀ ਭਰੋਸਾ ਦਵਾਇਆ ਹੈਗਾ। ਜੀ ਹਾਂਜੀ, ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਅਸੀਂ SDM ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈਗਾ, ਉਹ ਮੰਗ ਪੱਤਰ ਸਿੱਧੂ ਮੂਸੇਵਾਲ ਨੇ ਜੋ ਮਾਈ ਭਾਗੋ ਦੇ ਕਿਰਦਾਰ ਦੇ ਵਿੱਚ ਇੱਕ ਗੀਤ ਗਾਇਆ, ਜੋ ਗਾਣਾ ਗਾਇਆ, ਉਸਨੂੰ ਇੱਕ ਲੱਚਰ ਕੁੜੀ ਦੇ ਬਰਾਬਰਤਾ ਦਿੱਤੀ ਗਈ ਹੈ, ਜਿਸ ਨੂੰ ਸਿੱਖ ਕੌਮ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਕਲ ਰਾਜਪੁਰਾ ਇਹਨੂੰ ਕਦਾਈ ਸ਼੍ਰੋਮਣੀ ਅਕਾਲੀ ਦਲ ਮਾਨ ਬਰਦਾਸ਼ਤ ਨਹੀਂ ਕਰੇਗਾ। ਇੱਕ ਜੋ ਗੁਰਦਾਸ ਮਾਨ ਨੇ ਇਹ ਬਿਆਨ ਦੇ ਕੇ ਕਿ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਹਨੂੰ ਪਿੱਛੇ ਤੱਕ ਕੇ ਹਿੰਦੀ ਮਾਂ ਬੋਲੀ ਨੂੰ ਕਿਆ ਕੀਤਾ, ਆਰ ਅਦਰ ਦੇ ਹੱਥਾਂ ਦੀ ਬੋਲੀ ਬੋਲਿਆ, ਉਸਨੂੰ ਅਸੀਂ ਪੁਰਜੋ ਨਖੇਤੀ ਕਰਦੇ ਹਾਂ, ਕਿਉਂਕਿ ਉਸਨੇ ਸਾਰੀ ਉਮਰ ਪੰਜਾਬੀਅਤ ਦਾ ਗਾਇਆ, ਪੰਜਾਬੀਅਤ ਦਾ ਖਾਇਆ ਅਤੇ ਪੰਜਾਬੀਆਂ ਨੇ ਉਹਨੂੰ ਇਸ ਕਾਇਮ ਮੁਕਾਮ ਤੇ ਪਹੁੰਚਾਇਆ। ਉਹ ਭੁੱਲ ਜੇ ਕਿ ਮੈਂ ਪੰਜਾਬੀਆਂ ਦੇ ਖਿਲਾਫ਼ ਬੋਲ ਕੇ ਮੋਦੀ ਨੂੰ ਖੁਸ਼ ਕਰਕੇ ਅਤੇ ਆਪਣੀ ਜਿਹੜੀ ਉੱਚੀ ਪ੍ਰਵਰਤਾ ਉਹ ਬਣਾ ਲੂੰਗਾ, ਇਹ ਮੋਦੀ ਦਾ ਸਦਾ ਰਾਜ ਨਹੀਂ ਰਹਿਣਾ, ਇਹ ਮੋਦੀ ਦਾ ਸਦਾ ਰਾਜ ਨਹੀਂ ਰਹਿਣਾ, ਇੱਕ ਦਿਨ ਚਲੇ ਜਾਣਾ ਰਾਜ, ਫਿਰ ਗੁਰਦਾਸ ਮਾਨ ਨੇ ਪੰਜਾਬੀ ਚਾਹਣਾ, ਪੰਜਾਬ ਚਾਹਣਾ, ਫਿਰ ਇਸਨੂੰ ਕਾਵਾਂ ਕੁੱਤਿਆਂ ਦੀ ਰੋਲੀ ਨਹੀਂ ਕਿਸੇ ਨੇ ਪੁੱਛਣਾ ਪੰਜਾਬੀਅਤ ਨੇ। ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹਦੇ ਉੱਪਰ ਜਲਦੀ ਤੋਂ ਜਲਦੀ ਗੁਰਦਾਸ ਮਾਨ ਸਿੱਧੂ ਮੂਸੇਵਾਲ ਤੇ ਕਾਰਵਾਈ ਕੀਤੀ ਜਾਵੇ। ਜੇ ਕਾਰਵਾਈ ਨਹੀਂ ਕਰਦੀ ਪੰਜਾਬ ਗੌਰਮੈਂਟ ਜਾਂ ਹੋਰ ਕੋਈ ਗੌਰਮੈਂਟ ਤਾਂ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜਿੰਨੇ ਪੰਜਾਬ ਦੇ ਸਮੂਹ ਅਹੁਦੇਦਾਰ ਨੇ ਉਹ ਸੜਕਾਂ ਤੇ ਉਤਰਨਗੇ ਤੇ ਸੜਕਾਂ ਤੇ ਧਰਨੇ ਲਾ ਕੇ ਸੜਕਾਂ ਜਾਮ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਜਗਜੀਤ ਸਿੰਘ ਖਾਲਸਾ, ਜਿਨ੍ਹਾਂ ਦਾ ਕਹਿਣਾ ਹੈ ਕਿ SDM ਨੇ ਬਹੁਤ ਵੱਡਾ ਇਹਨਾਂ ਨੂੰ ਇੱਕ ਯਕੀਨ ਦਵਾਇਆ ਕਿ ਅੱਗੇ ਤੋਂ ਇੱਦਾਂ ਦੇ ਜੋ ਲੱਚਰ ਗਾਇਕ ਜਾਂ ਇੱਦਾਂ ਦੇ ਸਿੱਖ ਸ਼ਬਦਾਵਲੀਆਂ ਜੋ ਵਰਤਦੇ ਨੇ ਭੱਦੀਆਂ ਉਹ ਨਹੀਂ ਵਰਤੀਆਂ ਜਾਣਗੀਆਂ। ਰਾਜਪੁਰਾ ਤੋਂ ਕੈਮਰਾਮੈਨ ਜਸਪਾਲ ਸਿੰਘ ਦੇ ਨਾਲ ਸ਼ਮਸ਼ੇਰ ਸਿੰਘ ਖਾਲਸਾ, ਬਿਊਰੋ ਰਿਪੋਰਟ, ਗੁਰਬਾਣੀ ਅਖੰਡ ਬਾਣੀ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।